पर देखण विच आ रहा कि समाज विरोधी डेरियां दे विच जाके उन्हां दा गुणगान करके जिस तरह कई पार्टियां दे आगू कर रहे आ, इहदी मैं सख्त शब्दां च निखेधी करदा। जिस तरह एक वीडियो वायरल होई आ निशान सिंह टोहाणा जो प्रदेश प्रधान आ जन नायक जनता पार्टी हरियाणा दा, डेरा झूठा सौदा सरसा दे विच जाके जिस तरह ओह पखंडी कातल गुरमीत राम रहीम दा गुणगान कीता उहने, और उस पखंडी जिहड़ा अज सुनारिया रोहतक जेल विच अपने कीते को कर्मा दी सजा भुगत रहा, अपनियां पैरोकार साधवियां दे नाल जो को कर्म कीते 10-10 साल दी सजा, 20 साल ते इक पूरा सच अखबार दे पत्रकार रामचंद्र छत्रपति दे कतल दे विच उम्र कैद भुगत रहा, ते दो मुकदमे मुख अपने पैरोकारां नूं नपुंसक बनाउण दा, रणजीत सिंह खानपुर कोलिया दा कतल करन दा मुकदमा जिहड़ा सुनवाई अधीन है अदालत विच जिहदा फैसला आउणा बाकी आ, जिहड़ा इहो जे कुकर्मां दी सजा भुगत रिहा उहदा गुणगान कीता निशान सिंह टोहाणा ने चंद वोटां दी खातर डेरा झूठा सौदा सरसा जाके। उहने इह वी कहा कि मैं डेरे दा भगत आ, निशान सिंह प्रेमी मैनूं कहा करो, सानूं कोई इतराज नहीं है, ਉਹ ਨਿਸ਼ਾਨ ਸਿੰਘ ਪ੍ਰੇਮੀ ਕਹਾਵੇ ਇੰਸਾ ਕਹਾਵੇ, ਪਰ ਉਹਦੀ ਮਾਨਸਿਕਤਾ ਤੇ ਮੈਨੂੰ ਤਰਸ ਆਉਂਦਾ ਕਿ ਜਿਸ ਤਰ੍ਹਾਂ ਉਹਨੇ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਮਹਾਨ ਯੁੱਗ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਹੋਰ ਸੰਤਾਂ ਭਗਤਾਂ ਦੇ ਨਾਲ ਤੁਲਨਾ ਕੀਤੀ ਉਸ ਪਖੰਡੀ ਗੁਰਮੀਤ ਰਾਮ ਰਹੀਮ ਦੀ, ਸਿਆਣਿਆਂ ਦਾ ਕਹਿਣਾ ਅਖਾਣ ਸਾਡੇ ਪੰਜਾਬ ਦਾ ਕਿ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ, ਕਿੱਥੇ ਉਹ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਿੱਥੇ ਉਹ ਪਖੰਡੀ ਕਤਲਾਂ ਕੁਕਰਮਾਂ ਚ ਘਿਰਿਆ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਚੱਕੀ ਪੀ ਰਿਹਾ, ਉਹਦੀ ਤੁਲਨਾ ਕੀਤੀ ਗਈ। ਮੈਂ ਇਹਦੀ ਸਖ਼ਤ ਸ਼ਬਦਾਂ ਚ ਨਿਖੇਧੀ ਕਰਦਾ, ਸਰਾਸਰ ਗਲਤ ਆ। ਨਿਸ਼ਾਨ ਸਿੰਘ ਟੋਹਾਣਾ ਨੂੰ ਪੂਰੇ ਇਨਸਾਫ਼ ਪਸੰਦ ਲੋਕਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਆ। ਸਿੱਖ ਹਿੰਦੂ ਮੁਸਲਮਾਨ ਈਸਾਈ ਬੋਧੀ ਜੈਨੀ ਕਿਸੇ ਨੂੰ ਵੀ ਚਾਹੀਦਾ ਕਿ ਸਾਰਿਆਂ ਨੂੰ ਚਾਹੀਦਾ ਕਿ ਕੋਈ ਵੀ ਇਹਨੂੰ ਨਿਸ਼ਾਨ ਸਿੰਘ ਟੋਹਾਣਾ ਨੂੰ ਮੂੰਹ ਨਾ ਲਾਵੇ, ਇਹਦਾ ਬਾਈਕਾਟ ਕੀਤਾ ਜਾਵੇ। ਜਿਹੜੇ ਡੇਰੇ ਅੱਜ ਬੰਦ ਹੋਣੇ ਚਾਹੀਦੇ ਸੀ, ਜਿਨ੍ਹਾਂ ਡੇਰਿਆਂ 'ਚ ਸਮਾਜ ਵਿਰੋਧੀ ਗਤੀਵਿਧੀਆਂ ਹੁੰਦੀਆਂ ਨੇ, ਦੇਸ਼ ਵਿਰੋਧੀ ਗਤੀਵਿਧੀਆਂ ਹੁੰਦੀਆਂ, 40 ਦੇ ਕਰੀਬ ਪੰਚਕੂਲੇ ਦੇ ਵਿੱਚ ਲੋਕ ਮਾਰੇ ਗਏ, ਸਰਸੇ 8-10 ਦੇ ਕਰੀਬ ਜਿਹੜੇ ਸੀ ਮਾਰੇ ਗਏ ਉਸ ਪਖੰਡੀ ਕਾਤਲ ਗੁਰਮੀਤ ਰਾਮ ਰਹੀਮ ਕਰਕੇ। ਇਹੋ ਜਿਹੇ ਸਮਾਜ ਵਿਰੋਧੀ ਡੇਰੇ ਸਰਕਾਰਾਂ ਨੂੰ ਬੰਦ ਕਰਨੇ ਚਾਹੀਦੇ ਸੀ, ਪਰ ਅੱਜ ਉੱਥੇ ਫੇਰ ਇਹ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਆ। ਮੈਂ ਸਾਰੇ ਸਮਾਜ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਜਿਹੜਾ ਵੀ ਕੋਈ ਵੀ ਰਾਜਨੀਤਿਕ ਪਾਰਟੀ ਦਾ ਆਗੂ ਇਹਨਾਂ ਦੇ ਕਿਸੇ ਵੀ ਬ੍ਰਾਂਚ ਵਿੱਚ ਕਿਸੇ ਵੀ ਡੇਰੇ ਵਿੱਚ ਜਾਵੇ, ਉਹਦਾ ਪੂਰਨ ਤੌਰ ਤੇ ਬਾਈਕਾਟ ਕਰਿਓ। ਕਿਸੇ ਪਾਰਟੀ ਦਾ ਹੋਵੇ ਉਹਨੂੰ ਵੋਟ ਪਾਉਣ ਦੀ ਲੋੜ ਨਹੀਂ ਆ, ਕਿਉਂਕਿ ਡੇਰਾ ਸਰਸਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਚੋਂ ਖਾਰਜ ਕੀਤਾ ਹੋਇਆ, ਤੇ ਉਹਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਅੱਜ ਸਾਰੇ ਸੰਸਾਰ ਦੇ ਸਾਹਮਣੇ ਆ। ਤੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਜਿਹੜੇ ਨਸ਼ੇ ਲੈ ਕੇ ਵੋਟਾਂ ਪਾ ਦਿੰਦੇ ਆ, ਜਾਂ ਲਾਲਚ ਵਿੱਚ ਪੈਸਿਆਂ ਦੇ ਲਾਲਚ ਵਿੱਚ ਆ ਕੇ ਵੋਟਾਂ ਪਾ ਦਿੰਦੇ ਆ, ਕੋਈ ਵੀ ਰਾਜਨੀਤਿਕ ਪਾਰਟੀ ਨਾ ਨਸ਼ਾ ਵੰਡੇ, ਨਸ਼ੇ ਵੰਡਣ ਤੋਂ ਗੁਰੇਜ਼ ਕਰਨ, ਤੇ ਨਾ ਹੀ ਕੋਈ ਨਸ਼ਾ ਲੈ ਕੇ ਵੋਟ ਪਾਵੇ। ਸਰਮਾਏਦਾਰ ਲੋਕ ਜਿਨ੍ਹਾਂ ਨੇ ਰਾਜ ਭਾਗ ਕੀਤਾ ਵਾ, ਪੈਸਾ ਇਕੱਠਾ ਕੀਤਾ ਵਾ ਜਿਨ੍ਹਾਂ ਪਾਰਟੀਆਂ ਨੇ, ਉਹਨਾਂ ਨੂੰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਵਾ, ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨੇ ਚਾਹੀਦੇ, ਫਸਲਾਂ ਦਾ ਮੁੱਲ ਪਾਉਣਾ ਚਾਹੀਦਾ, ਵਿਕਾਸ ਦੇ ਨਾਂ ਤੇ ਲੋਕਾਂ ਤੋਂ ਵੋਟਾਂ ਮੰਗਣੀਆਂ ਚਾਹੀਦੀਆਂ, ਲਾਲਚ ਦੇ ਕੇ ਜਾਂ ਨਸ਼ੇ ਵੰਡ ਕੇ ਵੋਟਾਂ ਨਹੀਂ ਮੰਗਣੀਆਂ ਚਾਹੀਦੀਆਂ, ਤੇ ਨਾ ਇਹੋ ਜਿਹੇ ਪਖੰਡ ਦੇ ਡੇਰਿਆਂ 'ਚ ਜਾ ਕੇ ਵੋਟਾਂ ਮੰਗਣੀਆਂ ਚਾਹੀਦੀਆਂ। ਨਿਰਮਲ ਸਿੰਘ ਮੱਲੜੀ ਨੂੰ ਵੀ ਸਿੱਖ ਪੰਥ ਦੇ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿ ਉਹ ਡੇਰੇ ਸਰਸੇ ਵੋਟਾਂ ਦੀ ਖਾਤਰ ਕਿਉਂ ਗਿਆ, ਤੇ ਨਿਸ਼ਾਨ ਸਿੰਘ ਟੋਹਾਣਾ ਜਿਹਨੇ ਗੁਰੂਆਂ ਦੇ ਨਾਲ ਤੁਲਨਾ ਕੀਤੀ ਉਸ ਪਖੰਡੀ ਦੀ, ਉਹਦਾ ਅਸੀਂ ਸਖ਼ਤ ਸ਼ਬਦਾਂ 'ਚ ਵਿਰੋਧ ਕਰਦੇ ਹਾਂ, ਉਹਨੂੰ ਪੂਰੇ ਸਮਾਜ ਕੋਲੋਂ ਤੇ ਸਿੱਖ ਪੰਥ ਦੇ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।